किसानी कर्ज माफी नूं लैके पंजाब दीआं सात जथेबंदियां वल्लों 3 अप्रैल नूं सरकार दे खिलाफ चंडीगढ़ विच रोस धरना दित्ता जाणा है। इस नूं सफल बनाउण दे लई पंजाब भर विच किसान जथेबंदियां वल्लों मीटिंग कीती जा रही है। भारतीय किसान यूनियन एकता उग्राहां दी मलेरकोटला ब्लाक इकाई दी मीटिंग मनजिंदर सिंह मंगा दी प्रधानगी हेठ मार्केट कमेटी दे दफ्तर विच कीती गई, जिस दौरान किसान आगुआं ने अगली रणनीति ते विचार चर्चा कीती। पटियाला दे दुख निवारण साहिब विखे सात किसान जथेबंदियां वल्लों एक मीटिंग कीती गई, जिस विच उन्हां ने 3 अप्रैल नूं होण वाले धरने बारे विचार चर्चा कीती। इस संबंधी वधेरे जानकारी देंदे हुए किसान आगुआं ने कहा कि सरकार ने उन्हां नाल कीते वादे पूरे नहीं कीते ने, जिस कारण उन्हां नूं मजबूरन धरने ते बैठना पै रहा है। ਅੱਜ ਦੀ ਮੀਟਿੰਗ 'ਚ ਇਹ ਸੱਤ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਇੱਕ ਸਾਂਝਾ ਮੋਰਚਾ ਬਣਿਆ ਹੋਇਆ ਮੰਗਾਂ ਦੇ ਲਈ ਉਹਦੇ ਵੱਲੋਂ 3 ਅਪ੍ਰੈਲ ਨੂੰ ਚੰਡੀਗੜ੍ਹ ਦੇ ਵਿੱਚ ਰਹਿੰਦੀ ਹੈ, ਉਹਦੇ ਲਈ ਤਿਆਰੀ ਵਾਸਤੇ ਮੀਟਿੰਗ ਸੱਦੀ ਹੋਈ ਹੈ। ਕੀ ਮੰਗਾਂ ਨੇ, ਕਿਸ ਚੀਜ਼ ਨੂੰ ਮੰਗਣ ਲੈ ਕੇ ਜਿਹੜੀ ਹੈਗੀ ਚੰਡੀਗੜ੍ਹ ਤੁਹਾਨੂੰ ਜਾਣਾ ਪੈ ਰਿਹਾ, ਕਿੰਨੇ ਕੁ ਇਕੱਠ ਉੱਥੇ ਕਰੋਗੇ, ਕਿਹੜੀ ਜਗ੍ਹਾ ਕਰੋਗੇ? ਮੰਗਾਂ ਆ ਜੀ, ਸਭ ਤੋਂ ਪਹਿਲੀ ਤਾਂ ਇਹੀ ਜਿਹੜੀ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਕੀਤੀ ਸੀ, ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਜਿਹੜਾ ਉਹ ਮਾਫ਼ ਕੀਤਾ ਜਾਊਗਾ, ਉਹ ਅਸੀਂ ਕਹਿੰਦੇ ਹਾਂ ਵੀ ਉਹਨੂੰ ਉਸੇ ਤਰ੍ਹਾਂ ਲਾਗੂ ਕੀਤਾ ਜਾਵੇ। ਦੂਸਰਾ ਸੀ ਕਿ ਜਿਵੇਂ ਇਹਨਾਂ ਨੇ ਕਿਹਾ ਸੀਗਾ ਕਿ ਕਿਸੇ ਤਰ੍ਹਾਂ ਦੀ ਕਿਸਾਨ ਦੀ ਜਿਹੜੀ ਕੁੜਕੀ ਨਹੀਂ ਹੋਊਗੀ, ਜਿੰਨੀਆਂ ਵੀ ਕੁੜਕੀ ਵਾਲੀਆਂ ਧਰਾਵਾਂ ਨੇ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੀਆਂ ਅਦਾਲਤਾਂ ਨੂੰ ਅਤੇ ਹੋਰ ਅਦਾਰਿਆਂ ਨੂੰ ਇਹ ਅਧਿਕਾਰ ਦਿੰਦੀਆਂ ਕੁੜਕੀ ਦੇ ਆਰਡਰ ਪਾਸ ਕਰਨ ਉਹ ਵਾਪਸ ਲਈਆਂ ਜਾਣ, ਹਰ ਘਰ ਦੇ ਵਿੱਚ ਉਹਦੀ ਯੋਗਤਾ ਦੇ ਮੁਤਾਬਕ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਜਿਹੜੀ ਹੈ ਨੌਕਰੀ ਦਿੱਤੀ ਜਾਵੇ। ਅਤੇ ਅਵਾਰਾ ਪਸ਼ੂ ਜਿਹੜੇ ਨੇ ਪੰਜਾਬ ਦੇ ਵਿੱਚ, ਇਹ ਬਹੁਤ ਵੱਡੀ ਇੱਕ ਸਮੱਸਿਆ, ਇਹਨਾਂ ਦਾ ਕੋਈ ਪੱਕਾ ਹੱਲ ਜਿਹੜਾ ਲੱਭਿਆ ਜਾਵੇ। ਅਤੇ ਉਸ ਤੋਂ ਇਲਾਵਾ ਜਿਵੇਂ ਆਉਣ ਵਾਲੇ ਸਮੇਂ 'ਚ ਸਾਨੂੰ ਕਿਸਾਨਾਂ ਨੂੰ ਲੱਗ ਰਿਹਾ ਹੈ ਕਿ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਿਜਲੀ ਦੀ ਜਿਹੜੀ ਸਬਸਿਡੀ ਹੈ ਉਹ ਵਾਪਸ ਲੈਣਗੇ, ਜਾਂ ਜਿਵੇਂ ਜਿਵੇਂ ਇਹ ਮੀਟਰ ਲਾ ਰਹੇ ਨੇ ਮੋਟਰਾਂ ਦੇ ਉੱਤੇ ਉਹਨਾਂ ਦਾ ਵੀ ਸਰਕਾਰ ਜਿਹੜੀ ਹੈ ਕਿਸਾਨ ਵਿਰੋਧ ਕਰ ਰਹੇ ਹਨ।